ਇੱਕ ਮਕਸਦ ਜ਼ਿੰਦਗੀ ਦਾ ਕੁਝ ਵੱਖਰਾ ਕਰਕੇ ਜਾਣਾ ਏ, ਇੱਕ ਮਕਸਦ ਜ਼ਿੰਦਗੀ ਦਾ ਕੁਝ ਵੱਖਰਾ ਕਰਕੇ ਜਾਣਾ ਏ, ਲੋਕੀ ਯਾਦ ਤਾਂ ਰੱਖਣਗੇ ਜਾਂ ਦੱਸਣ ਤੋਂ ਜਾਣਾ ਏ। ਮੇਰਾ ਨਾਮ ਅਮਿਤਾ ਹੈ ਅਤੇ ਮੈਂ ਪਠਾਨਕੋਟ ਸ਼ਹਿਰ ਦੀ ਰਹਿਣ ਵਾਲੀ ਹਾਂ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੈਂ ਆਪਣੇ ਸਾਸੂ ਮਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ, ਕਿਉਂਕਿ ਉਹਨਾਂ ਨੇ ਮੈਨੂੰ ਬਹੁਤ ਮਤਲਬ ਇੱਥੇ ਆਉਣ ਲਈ ਪ੍ਰੇਰਿਤ ਕੀਤਾ ਹੈ ਅਤੇ ਮੇਰੇ ਹਸਬੈਂਡ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ ਇੱਥੇ ਆਉਣ ਲਈ। ਅਤੇ ਸਭ ਤੋਂ ਪਹਿਲਾਂ ਮੈਂ ਜਿਹੜਾ ਸ਼ੋਅ ਮਿਸਿਸ ਪੰਜਾਬ 9 to 9 ਇੰਟਰਟੇਨਮੈਂਟ ਹੈ, ਉਹਨਾਂ ਨੂੰ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ, ਕਿਉਂਕਿ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਜੋ ਵਿਆਹ ਤੋਂ ਪਹਿਲਾਂ ਸਾਡੇ ਮਨ ਵਿੱਚ ਰੀਝਾਂ ਸੀ ਉਹਨਾਂ ਨੂੰ ਅਸੀਂ ਹੁਣ ਇੱਥੇ ਆ ਕੇ ਪੂਰਾ ਕਰ ਸਕੀਏ। ਮੈਂ ਬਹੁਤ ਧੰਨਵਾਦੀ ਹਾਂ। ਥੈਂਕ ਯੂ ਜੀ।